ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਆ। ਦੋਸਤੋ, ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਜੋਮੈਟੋ ਡਿਲੀਵਰੀ ਬੋਏ ਦੇ ਕੋਲੋਂ ਸ਼ਰੇਆਮ ਕੁਝ ਨੌਜਵਾਨਾਂ ਦੇ ਵੱਲੋਂ ਲੁੱਟ ਕਰ ਦਿੱਤੀ ਗਈ ਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸੇ ਹੀ ਜਗ੍ਹਾ ਤੇ ਪਹੁੰਚੇ ਹੋਏ ਆ ਜਿੱਥੇ ਦੇਰ ਰਾਤ ਨੌਜਵਾਨ ਦੇ ਕੋਲੋਂ ਲੁੱਟ ਕਰਕੇ ਨੌਜਵਾਨ ਆਰਡਰ ਤੇ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ। ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ, ਤਾਂ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਗਰ ਜਿਹੜੀ ਸੜਕ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਉਸ ਸੜਕ ਤੇ ਜੋਮੈਟੋ ਤੇ ਜਿਹੜਾ ਨੌਜਵਾਨ ਆ ਉਹ ਡਿਲੀਵਰੀ ਕਰਨ ਦੇ ਲਈ ਕਿਸੇ ਘਰ ਦੇ ਵਿੱਚ ਜਾਂਦਾ ਹੈ। ਤਾਂ ਕੁਝ ਨੌਜਵਾਨ ਝਾੜੀਆਂ ਦੇ ਵਿੱਚੋਂ ਨਿਕਲ ਕੇ ਉਸਦੇ ਮੋਟਰਸਾਈਕਲ ਦੇ ਅੱਗੇ ਆ ਜਾਂਦੇ ਨੇ, ਤਾਂ ਪਿਸਤੌਲ ਉਸਦੇ ਮੱਥੇ ਦੇ ਉੱਪਰ ਲਗਾ ਦਿੱਤਾ ਜਾਂਦਾ, ਜਿਸ ਤੋਂ ਬਾਅਦ ਉਸ ਨੂੰ ਕਹਿੰਦੇ ਨੇ ਕਿ ਸਾਰਾ ਕੁਝ ਆਪਣਾ ਸਾਨੂੰ ਦੇ, ਨਹੀਂ ਤੇ ਤੇਰੇ ਉੱਤੇ ਗੋਲੀ ਮਾਰ ਦੇਵਾਂਗੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਝਾੜੀਆਂ ਦੇ ਵਿੱਚੋਂ ਨਿਕਲ ਕੇ ਨੌਜਵਾਨ ਇੱਕਦਮ ਸੜਕ ਦੇ ਉੱਪਰ ਆ ਜਾਂਦੇ ਨੇ। ਤਾਂ ਇਸ ਸੜਕ ਦੇ ਉੱਪਰ ਨੌਜਵਾਨ ਜੋ ਕਿ ਡਿਲੀਵਰੀ ਦੇਣ ਦੇ ਲਈ ਅੱਗੇ ਜਾ ਰਿਹਾ ਸੀ, ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਵੀ ਨੌਜਵਾਨ ਇੱਥੇ ਪਹੁੰਚਿਆ ਹੋਇਆ, ਜਿਹਦੇ ਵੱਲੋਂ ਦੇਰ ਰਾਤ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਤਾਂ ਪਹਿਲਾਂ ਕੀ ਨਾਮ ਹੈ? ਸਿਮਰਪ੍ਰੀਤ ਸਿੰਘ ਸਰ। ਤੇ ਕੀ ਕਹਿਣਾ ਚਾਹੁੰਦੇ ਹੋ, ਕਿੰਨੇ ਵਜੇ ਦਾ ਸਮਾਂ ਸੀ ਜਦੋਂ ਤੁਸੀਂ ਡਿਲੀਵਰੀ ਦੇਣ ਦੇ ਲਈ ਜਾ ਰਹੇ ਸੀ? ਮੈਂ ਸਰ ਕੋਈ 11:30 ਵਜੇ ਦਾ ਸਮਾਂ ਸੀ ਇਸ ਟਾਈਮ ਦਾ। ਮੈਂ ਬਾਈਪਾਸ ਤੋਂ ਹੁੰਦੇ ਹੋਏ, ਮੰਨ ਲਓ ਉਧਰ ਦੀ ਵਾਪਸ ਹੁੰਦੇ ਹੋਏ, ਮੈਂ ਜਦੋਂ ਇਧਰ ਦੀ ਸਰਵਿਸ ਲਾਈਨ ਤੇ ਵਾਪਸ ਆ ਰਿਹਾ ਸੀ, ਤਾਂ ਮੈਂ ਆਪਣੀ ਲੋਕੇਸ਼ਨ ਦੇਖਣ ਲਈ ਸਿਰਫ ਬੈਗ ਦੇ ਵਿੱਚ ਫੋਨ ਰੱਖਿਆ ਹੁੰਦਾ ਸੀ। ਬੈਗ ਦੇਖਣ ਦੇ ਲੋਕੇਸ਼ਨ ਦੇਖਣ ਦੇ ਲਈ ਮੈਂ ਬੈਗ ਦੇ ਵਿੱਚ ਝਾਤੀ ਮਾਰੀ, ਜਿਵੇਂ ਹੀ ਝਾਤੀ ਮਾਰੀ ਸੀ ਤੇ ਮੈਂ ਉਸ ਟਾਈਮ ਇਧਰ ਨੂੰ ਮੁੜਨਾ ਸੀ, ਤਾਂ ਜਦੋਂ ਮੈਂ ਉੱਪਰ ਨੂੰ ਉੱਠਿਆ ਦੇਖਿਆ ਤਾਂ ਅਗਲੇ ਪਾਸੇ ਮੇਰੇ ਜੋ ਲੁਟੇਰੇ ਸੀ ਉਹ ਆਪਣੇ ਖੜੇ ਸੀ। ਉਹਨਾਂ ਨੇ ਇੱਕ ਦੇ ਕੋਲ ਰਿਵੋਲਵਰ ਸੀ, ਉਹਨੇ ਰਿਵੋਲਵਰ ਕੱਢ ਕੇ ਆਪਣਾ ਮੇਰੇ ਵੱਲ ਤਾਣਿਆ ਸੀ, ਇੱਕ ਦੂਸਰੇ ਦੇ ਕੋਲ ਡੰਡਾ ਸੀ, ਅਰੇ ਤੀਸਰੇ ਦੇ ਕੋਲ ਨਿਹੱਥਾ ਸੀ ਬਿਲਕੁਲ ਹੀ। ਉਹਨਾਂ ਵੱਲੋਂ ਇੰਨੀ ਕਾਰਵਾਈ ਕੀਤੀ ਗਈ ਕਿ ਮੇਰੇ ਕੋਲ ਜਲਦੀ ਤੋਂ ਜਲਦੀ ਮੈਨੂੰ ਦੇ ਕੇ ਜਲਦੀ ਤੋਂ ਜਲਦੀ ਮੈਨੂੰ ਸਾਨੂੰ ਮੋਟਰਸਾਈਕਲ ਆਪਣੀ ਬਾਈਕ ਦੇ ਦੇ, ਤੂੰ ਪਿੱਛੇ ਹਟ ਜਾ ਨਹੀਂ ਤਾਂ ਫਿਰ ਗੋਲੀ ਮਾਰ ਦਿਆਂਗੇ। ਉਹਨਾਂ ਇਸੇ ਚੀਜ਼ ਦੇ ਕਰਕੇ ਉਹਨਾਂ ਮੇਰੇ ਵੱਲ ਪਿਸਟਲ ਤਾਣਿਆ ਹੋਇਆ ਸੀ, ਮੇਰੀ ਬਾਈਕ ਉਹਨਾਂ ਨੇ ਸਾਈਡ ਤੇ ਲਗਵਾਈ ਤੇ ਆਪ ਖੁਦ ਬਾਈਕ ਤੋਂ ਲੈ ਕੇ, ਜਦ ਬਾਈਕ ਨਹੀਂ ਭਜਾਈ ਪਰ ਇਹ ਬਾਈਕ ਭਜਾ ਕੇ ਫਰਾਰ ਹੋ ਗਏ। ਬਸ ਸਾਡੇ ਕੋਲੋਂ ਕੀ ਕੁਝ ਸੀ ਦੇਰ ਰਾਤ ਜਦੋਂ ਤੁਸੀਂ ਇੱਥੇ ਡਿਲੀਵਰੀ ਦੇਣ ਦੇ ਲਈ ਜਾ ਰਹੇ, ਤਾਂ ਲੁਟੇਰਿਆਂ ਦੇ ਵੱਲੋਂ ਕੀ ਕੁਝ ਤੁਹਾਡਾ ਖੋਹ ਲਿੱਤਾ ਗਿਆ? ਸਰ ਮੇਰੇ ਕੋਲੋਂ ਉਸ ਟਾਈਮ ਤੋਂ ਨਾ ਸਿਰਫ ਇੱਕ ਬਾਈਕ ਕੋਈ ਸੀ ਤੇ ਅਗਰੇ ਮੇਰਾ ਜੋਮੈਟੋ ਦਾ ਬੈਗ ਸੀ, ਉਹ ਜੋਮੈਟੋ ਦੇ ਬੈਗ ਦੇ ਵਿੱਚ ਜੋਮੈਟੋ ਦਾ ਆਰਡਰ ਸੀ, ਮੱਖਣ ਫਿਸ਼ ਵਾਲੇ ਦਾ ਆਰਡਰ ਸੀ, ਉਹੀ ਚੀਜ਼ ਦੇ ਕੇ ਤੇ ਫਿਰ ਮੇਰੇ ਕੋਲ ਫਰਾਰ ਹੋ ਗਏ। ਬਟ ਬਾਅਦ ਵਿੱਚ ਮੇਰੇ ਕੋਲ ਅਸੀਂ ਪਿੱਛਾ ਵੀ ਕੀਤਾ ਥੋੜਾ ਕਿਲੋਮੀਟਰ ਤੱਕ, ਬਟ ਕੋਈ ਦਿਖਿਆ ਨਹੀਂ ਬਾਅਦ ਵਿੱਚ ਸਾਨੂੰ। ਇਸ ਕਰਕੇ ਜੋ ਵੀ ਮੇਰਾ ਕੁਝ ਹੈਗਾ ਸੀ, ਮਤਲਬ ਬਾਈਕ ਦੇ ਜ਼ਰੀਏ ਮੈਂ ਕੰਮ ਕਰਦਾ ਸੀ, ਉਹ ਮੇਰੀ ਬਾਈਕ ਲੈ ਗਏ। ਹੁਣ ਬਿਲਕੁਲ ਜਿਹਨੂੰ ਕਹਿੰਦੇ ਆ ਵੀ ਕੁਛ ਕਮਾਈ ਦਾ ਸਾਧਨ ਇਸ ਟਾਈਮ ਹੈ ਨਹੀਂ ਗਾ, ਇਸ ਕਰਕੇ ਥੋੜਾ ਖੱਜਲ ਖਰਾਬੀ ਹੋ ਰਹੀ ਹੈ। ਮੈਂ ਤਾਂ ਚਾਹੁੰਦਾ ਵੀ ਚਲੋ ਮੇਰੀ ਬਾਈਕ ਛੇਤੀ ਤੋਂ ਛੇਤੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਲੱਭੀ ਜਾਵੇ। ਉਸ ਟਾਈਮ ਮੌਕੇ ਤੇ ਅਸੀਂ ਕਾਲ ਕੀਤੀ ਸੀ, ਚੰਡੀਗੜ੍ਹ ਕੰਪਲੇਂਟ ਲਿਖਵਾਈ ਸੀ, ਆਨਲਾਈਨ ਕੰਪਲੇਂਟ ਕਰਵਾਈ ਸੀ 112 ਨੰਬਰ ਤੇ, ਵਿਦਿਨ 10-12 ਮਿੰਟ ਦੇ ਵਿੱਚ ਪੁਲਿਸ ਸਾਡੇ ਕੋਲ ਪਹੁੰਚ ਗਈ ਸੀ। ਤਾਂ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ, ਤੁਹਾਡੇ ਵੱਲੋਂ ਦੱਸਿਆ ਗਿਆ ਕਿ ਜਦੋਂ ਮੇਰਾ ਮੋਟਰਸਾਈਕਲ ਖੋਹ ਕਰਕੇ ਇੱਥੋਂ ਨੌਜਵਾਨ ਭੱਜ ਜਾਂਦੇ ਨੇ, ਤਾਂ ਕੁਝ ਨੌਜਵਾਨ ਤੁਹਾਡੇ ਕੋਲੋਂ ਹੋਰ ਆ ਜਾਂਦੇ ਨੇ, ਤਾਂ ਜਿਹੜੇ ਨੌਜਵਾਨ ਹੋਰ ਆਉਂਦੇ ਨੇ ਉਹਨਾਂ ਦੇ ਵੱਲੋਂ ਕੀ ਕਿਹਾ ਜਾਂਦਾ? ਉਹ ਸਰ ਉਹ ਪਿੱਛੇ ਵੀ ਕਿਤੇ ਲੁੱਟ ਕਰਕੇ, ਮਤਲਬ ਕਿ ਉਹਨਾਂ ਦੇ ਫਾਦਰ ਸਾਹਿਬ ਤੋਂ ਦੁਪਹਿਰੇ ਲੁੱਟ ਕੀਤੀ ਸੀ, ਅਤੇ ਇਸ ਟਾਈਮ ਤੇ ਜਦੋਂ ਉਹ ਇੱਥੋਂ ਦੋ ਬ੍ਰਦਰ ਜਾ ਰਹੇ ਸੀ, ਪਹਿਲਾਂ ਉਹ ਆਪਣੇ ਬ੍ਰਦਰ ਨੂੰ ਲੈਣ ਗਿਆ ਸੀ, ਆਪਣੇ ਬ੍ਰਦਰ ਨੂੰ ਲੈ ਕੇ ਜਦੋਂ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦੋਵਾਂ ਬ੍ਰਦਰ ਨੂੰ ਵੀ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਬਟ ਉਹਨਾਂ ਦੇ ਬ੍ਰਦਰ ਨੇ ਫਿਰ ਉਹਨਾਂ ਨੇ ਮਤਲਬ ਫਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਵੀ ਦੁਪਹਿਰੇ ਇਹ ਵਾਰਦਾਤ ਹੋ ਚੁੱਕੀ ਆ, ਵੀ ਇਸੇ ਤਰ੍ਹਾਂ ਦੇ ਸੇਮ ਕੱਪੜੇ ਪਾਏ ਬੰਦਿਆਂ ਦੇ ਨਾਲ, ਵੀ ਰੈੱਡ ਕਲਰ ਦੀ ਜੈਕਟ ਸੀ, ਨਾਲ ਪਰਨਾ ਬੱਧਾ ਆਇਆ ਸੀ ਬੰਦੇ ਨੇ ਕੇਸਰੀ ਕਲਰ ਦਾ, ਮੇਰੇ ਨਾਲ ਵਾਰਦਾਤ ਹੋਈ ਆ। ਉਹ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ ਇੱਧਰ ਨੂੰ ਆਏ ਸੀ, ਅਜੇ ਮੇਰਾ ਬਾਈਕ ਲੈ ਕੇ ਉਹ ਚੋਰ ਨਿਕਲੇ ਹੀ ਸੀ ਕਿ ਉਹ 1 ਮਿੰਟ ਦੇ ਅੰਦਰ ਅੰਦਰ ਉਹ ਵੀ ਬੰਦੇ ਮੇਰੇ ਕੋਲ ਪਹੁੰਚ ਕਰ ਚੁੱਕੇ ਸੀ। ਫਿਰ ਅਸੀਂ ਉਹਨਾਂ ਦਾ ਪਿੱਛਾ ਵੀ ਕੀਤਾ, ਮੈਂ ਉਹਨਾਂ ਨੂੰ ਜਿੱਦਾਂ ਕਿਹਾ ਵੀ ਮੇਰੀ ਬਾਈਕ ਲੈ ਚੁੱਕੇ ਆ, ਸਨੈਚ ਕਰਕੇ ਲੈ ਗਏ ਆ ਮੇਰੇ ਕੋਲੋਂ। ਉਹਨਾਂ ਨੇ ਕਿਹਾ ਵੀ ਸਾਡੇ ਨਾਲ ਵੀ ਇਹ ਵਾਰਦਾਤ ਹੋ ਚੁੱਕੀ, ਤੁਹਾਡੇ ਨਾਲ ਮੇਰੇ ਨਾਲ ਮਗਰ ਬੈਠ ਸਾਡੇ ਨਾਲ
ਅਸੀਂ ਪਿੱਛਾ ਕਰਦੇ ਹਾਂ ਸ਼ਾਇਦ ਫੜੇ ਜਾਣ, ਬਟ ਕੋਈ ਦਿਖਿਆ ਨੀ ਸਰ, ਕਿਲੋਮੀਟਰ ਤੱਕ ਗਏ ਹਾਂ ਤੇ ਬਾਅਦ ਵਿੱਚ ਫਿਰ ਅਸੀਂ ਇੱਥੇ ਆਣ ਕੇ ਆਪਣੀ ਵਾਰਦਾਤ ਜੋ ਆਪਣੀ ਕੰਪਲੇਂਟ ਵਗੈਰਾ ਕਰਾਉਣੀ ਸੀ, ਕਿਉਂ ਬਾਈਕ ਦੇ ਨਾਲ ਕੋਈ ਕੋਈ ਇਹੋ ਜਿਹਾ ਚਾਂਸ ਕਰ ਦਿੰਦੇ ਕੱਲ ਨੂੰ ਮੇਰੇ ਉੱਤੇ ਕੋਈ ਐਕਸ਼ਨ ਆ ਸਕੇ, ਇਸ ਲਈ ਮੈਂ ਆਪਣੀ ਕੰਪਲੇਂਟ ਦਰਜ ਕਰਾਈ ਪੁਲਿਸ ਥਾਣੇ ਦੇ ਵਿੱਚ। ਤਾਂ ਤੁਹਾਡੇ ਵੱਲੋਂ ਦੇਰ ਰਾਤ ਦੀ ਜਿਹੜੀ ਕੰਪਲੇਂਟ ਆ ਉਹ ਦਰਜ ਕਰਵਾਤੀ ਗਈ ਆ, ਤਾਂ ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਉਹਨਾਂ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਆ? ਹੁਣ ਸਰ ਅਜੇ ਤੱਕ ਤਾਂ ਮੈਨੂੰ ਸਿਰਫ ਇੱਕ ਇਹਨਾਂ ਨੇ ਪਰਚਾ ਕੱਟਿਆ ਹੋਇਆ ਵਾ, ਪਰਚਾ ਕੱਟ ਕੇ FIR ਕਰਵਾ ਕੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ FIR ਦੀ ਕਾਪੀ ਵੀ ਨਾਲ ਦੇ ਨਾਲ ਦਿਖਾ ਰਹੇ ਹਾਂ, ਤਾਂ ਜਿਸ ਨੌਜਵਾਨ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 379 ਦਾ ਜਿਹੜਾ ਪਰਚਾ ਵਾ ਉਹ ਦਰਜ ਕਰ ਦਿੱਤਾ ਗਿਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਮੇਰੇ ਇਕੱਲੇ ਦੇ ਨਾਲ ਨਹੀਂ ਇਹ ਲੁੱਟ ਹੋਈ, ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਦੇਰ ਰਾਤ ਵੇਰਕਾ ਬਾਈਪਾਸ ਤੋਂ ਜਿਹੜਾ ਮਜੀਠਾ ਰੋਡ ਬਾਈਪਾਸ ਨੂੰ ਆਉਂਦੇ ਨੇ ਤਾਂ ਉੱਥੇ ਲਗਾਤਾਰ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ। ਤਾਂ ਜਦੋਂ ਇਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਿੰਨੇ ਕੁ ਮੁਲਾਜ਼ਮ ਇੱਥੇ ਤੁਹਾਡੇ ਕੋਲ ਪਹੁੰਚਦੇ ਨੇ ਦੇਰ ਰਾਤ? ਸਰ ਘੱਟੋ ਘੱਟ ਵੀ ਸੀ, ਇੱਕ DSP ਸਾਹਿਬ ਸੀ, ਇੱਕ SHO ਸਾਹਿਬ ਸੀ, ਦੋ ASI ਸੀ ਅਤੇ ਉਹਨਾਂ ਦੇ ਨਾਲ ਕਾਂਸਟੇਬਲ ਕਾਫੀ ਸੀ। ਇੱਕ ਮੈਂ ਦੱਸ ਦੇਣਾ ਚਾਹੁੰਦਾ ਕਿ ਹਰ ਟਾਈਮ ਤੇ ਇੱਥੇ ਇੱਕ ਵਿੱਲੀ ਖੜੀ ਹੁੰਦੀ ਆ, ਉਸ ਟਾਈਮ ਉਹ ਵਿੱਲੀ ਜੀਪ ਜੋ ਪੁਲਿਸ ਦੀ ਹੈਗੀ ਸੀ ਇੱਥੇ ਹੈ ਨਹੀਂ ਸੀ ਬਿਲਕੁਲ ਹੀ, ਤੇ ਮਤਲਬ ਵਿਦਿਨ ਇੱਕ ਘੰਟਾ ਅਸੀਂ ਖੜੇ ਰਹੇ ਹਾਂ, ਇੱਕ ਘੰਟੇ ਦੇ ਵਿੱਚ ਨਾ ਤੇ ਕੋਈ ਉਸ ਟਾਈਮ ਤੇ ਇੱਥੇ ਪੁਲਿਸ ਸੀ ਨਾ ਕੁਛ ਸੀ। ਬਾਅਦ ਵਿੱਚ ਜਦੋਂ ਵੀ ਉਹ ਵਿੱਲੀ ਇੱਥੇ ਖੜੀ ਹੁੰਦੀ ਆ, ਉਹ ਵਿੱਲੀ ਇਸ ਟਾਈਮ ਤੇ ਉਸ ਟਾਈਮ ਤੇ ਇੱਥੇ ਹੈ ਨਹੀਂ ਸੀ। ਚਲੋ DSP ਸਾਹਿਬ ਵੱਲੋਂ ਵੀ ਉਹਨਾਂ ਨੂੰ ਝਾੜ ਕੀਤੀ ਗਈ ਵੀ ਤੁਸੀਂ ਕਿੱਥੇ ਸੀ ਕਿੱਦਾਂ ਨਹੀਂ ਸੀ, ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ। ਪਤਾ ਨਹੀਂ ਹੁਣ ਅੱਗੇ ਦਾ ਮੈਂ ਕੁਛ ਕਹਿ ਨਹੀਂ ਸਕਦਾ ਵੀ ਚਲੋ ਉਹਨਾਂ ਨੂੰ ਕੁਛ ਕੀਤੀ ਹੋਈ ਕਾਰਵਾਈ ਜਾਂ ਨਹੀਂ ਕੀਤੀ ਹੋਏਗੀ, ਬਟ ਇਸ ਟਾਈਮ ਤੇ ਇੱਥੇ ਹਰ ਟਾਈਮ ਵਿੱਲੀ ਖੜੀ ਹੁੰਦੀ ਹੈ ਕਿ ਉਹਨਾਂ ਦੀ ਡਿਊਟੀ ਹੁੰਦੀ, ਪੱਕੀ ਡਿਊਟੀ ਇੱਥੇ ਹੁੰਦੀ ਹੈ ਸਰ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੂੰ ਆਪਣੀਆਂ ਟੀਮਾਂ ਨੂੰ ਜਿਹੜਾ ਵਾ ਇੱਥੇ ਲਗਾਉਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕਿਸੇ ਨੌਜਵਾਨ ਦੇ ਨਾਲ ਘਟਨਾ ਨਾ ਹੋਵੇ। 3 ਤੋਂ 4 ਵਾਰੀ ਵਾਰਦਾਤ ਹੋ ਚੁੱਕੀ ਹੈ, ਇੱਕ ਟਾਈਮ ਤੇ ਖੁਦ ਮੇਰੇ ਸਾਡੇ ਖੁਦ ਯਾਰ ਦੋਸਤ ਮੈਨੂੰ ਕਹਿੰਦੇ ਉਹਦੀ ਬਾਈਕ ਚੋਰੀ ਹੋ ਚੁੱਕੀ ਹੈ। ਚਲੋ ਮਿਲ ਜੇ ਗੱਲ ਵੱਖਰੀ ਹੈ, ਪਰ ਕੱਲ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੋ ਜੇ ਤਾਂ ਬੰਦਾ ਤੇ ਨਹੀਂ ਨਾ ਮਿਲ ਸਕਦਾ। ਇੱਕ ਬਾਈਕ ਤਾਂ ਹੋਰ ਸੀ, ਉਹ ਵੀ ਬੰਦੇ ਨੂੰ ਇੱਥੇ ਪਏ ਸੀ, ਅਸਕੋਟ ਹਸਪੀਟਲ ਦੇ ਲਾਗੇ ਪਏ ਸੀ, ਉਹਦੇ ਇੱਥੋਂ ਤੱਕ ਵੈਪਨ ਦੇ ਨਾਲ ਦਾਤਰ ਦੇ ਨਾਲ ਹਥਿਆਰ ਵੀ ਕੀਤਾ ਸੀ, ਵਾਰ ਵੀ ਕੀਤਾ ਸੀ, ਉਹਦੇ ਫੋਨ ਵੀ ਖੋਲਿਆ ਸੀ, ਉਹਦਾ ਬੈਗ ਜਿਹੜਾ ਸੀ ਸਾਡੀ ਬੈਗ ਦੀ ਲੇਅਰ ਘੱਟੋ ਘੱਟ ਵੀ ਕੋਈ 2 ਤੋਂ 3 ਇੰਚ ਮੋਟੀ ਹੁੰਦੀ ਆ, ਉਹਦਾ ਬੈਗ ਵੀ ਫਟ ਚੁੱਕਾ ਸੀ ਦਾਤਰ ਦੇ ਨਾਲ, ਤੇ ਇੰਨਾ ਜ਼ਿਆਦਾ ਨੁਕਸਾਨ ਆ। ਬਾਕੀ ਅਸੀਂ ਤਾਂ ਇਹੋ ਕਹਿੰਦੇ ਹਾਂ ਵੀ ਨੱਥ ਪਾਈ ਜਾਵੇ ਜਿੰਨੀ ਪਾਈ ਜਾਵੇ, ਕਿਉਂ ਅਸੀਂ ਦੇਰ ਰਾਤ ਤੱਕ ਕੰਮ ਕਰਨਾ ਹੁੰਦਾ, ਇਹਨਾਂ ਜਗ੍ਹਾਵਾਂ ਤੇ ਕੰਮ ਕਰਕੇ ਤਾਂ ਸਾਨੂੰ ਰੋਜੀ ਰੋਟੀ ਮਿਲਦੀ ਆ, ਤੇ ਜੇ ਇਹਨਾਂ ਜਗ੍ਹਾਵਾਂ ਤੇ ਸਾਡੀ ਸੇਫਟੀ ਨਹੀਂ ਹੈਗੀ ਤਾਂ ਫਿਰ ਤਾਂ ਪੰਜਾਬ ਦੇ ਵਿੱਚ ਦਿਨੋ ਦਿਨ ਵਧੀ ਜਾ ਰਿਹਾ ਕੰਮ, ਇਹ ਤਾਂ ਹੋਰ ਵਧੇਗਾ ਫਿਰ ਜਿੰਨਾ ਦਿਨ ਹੋ ਸਕਦਾ। ਜੇਕਰ ਗੱਲ ਕਰੀਏ ਤੁਹਾਡੀ ਰੋਜ਼ੀ ਰੋਟੀ ਦੀ ਤਾਂ ਹੁਣ ਕਿੱਦਾਂ ਚੱਲੇਗੀ, ਕਿਉਂਕਿ ਤੁਸੀਂ ਮੋਟਰਸਾਈਕਲ ਦੇ ਉੱਪਰ ਕੰਮ ਕਰਦੇ ਸੀ ਤਾਂ ਉਹ ਮੋਟਰਸਾਈਕਲ ਹੀ ਲੈ ਕੇ ਫਰਾਰ ਹੋ ਚੁੱਕੇ ਨੇ ਹੁਣ? ਸਰ ਮੋਟਰਸਾਈਕਲ ਤਾਂ ਹੁਣ ਜਿੰਨਾ ਚਿਰ ਨਹੀਂ ਮਿਲਦਾ, ਜਾਂ ਤਾਂ ਫਿਰ ਹੋ ਸਕਦਾ ਵੀ ਚਲੋ ਜੇ ਛੇਤੀ ਮਿਲ ਜਾਵੇ ਤਾਂ ਛੇਤੀ ਆਪਣਾ ਬੈਕ ਟੂ ਵਰਕ ਆਪਣਾ ਕਰੀਏ, ਜੇ ਨਹੀਂ ਮਿਲਦਾ ਤਾਂ ਫਿਰ ਸਰ ਇੱਦਾਂ ਹੀ ਆ ਵੀ ਚਲੋ ਥੋੜਾ ਚਿਰ ਵੇਟ ਕਰਕੇ, ਥੋੜਾ ਪੈਸੇ ਦੀ ਪ੍ਰੋਬਲਮ ਤੇ ਹਰੇਕ ਘਰ ਦੇ ਵਿੱਚ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਚਲੋ ਕਰਕੇ ਕੋਈ ਫਾਈਨੈਂਸ ਕਰਾਵਾਂਗੇ, ਕੁਛ ਕਰਾਵਾਂਗੇ ਕਰਵਾ ਕੇ, ਤੇ ਚਲੋ ਆਪਣਾ ਕੰਮ ਜਾਰੀ ਕਰਾਂਗੇ, ਕਿਉਂ ਹਿੰਮਤ ਕਰਾਂਗੇ ਤਾਂ ਚਲੋ ਆਪਣਾ ਰੋਜੀ ਰੋਟੀ ਕਮਾਵਾਂਗੇ, ਨਹੀਂ ਤਾਂ ਕੁਛ ਵੀ ਨਹੀਂ। ਉਦਾਂ ਦਾ ਪੰਜਾਬ ਦੇ ਵਿੱਚ ਤਾਂ ਕੁਝ ਹਾਲਾਤ ਹੈ ਨਹੀਂ ਗੇ ਇਸ ਟਾਈਮ ਤੇ ਸਰ, 8-8, 9-9 ਹਜ਼ਾਰ ਤੇ ਤਨਖਾਹਾਂ ਦੇ ਰਹੇ ਹੈਗੇ ਆ ਪ੍ਰਾਈਵੇਟ ਕੰਪਨੀ। ਇਸ ਕੰਮ ਦੇ ਵਿੱਚ ਸਾਨੂੰ ਕੋਈ ਆਪਣਾ ਬੈਨੀਫਿਟ ਦੇਖਦਾ ਸੀ ਅਸੀਂ ਤਾਂ ਕਰਕੇ ਰਾਤ ਨੂੰ ਕੰਮ ਕਰਦੇ ਪਏ ਸੀ, ਨਹੀਂ ਤਾਂ ਉਦਾਂ ਦੇ ਕੋਈ ਹੈ ਨਹੀਂ ਗਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜੀ। ਤਾਂ ਤੁਸੀਂ ਵੇਖਿਆ ਕਿ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਆ, ਫਿਲਹਾਲ ਉਸਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਜ਼ੋਮੈਟੋ ਦੇ ਵਿੱਚ ਕੰਮ ਕਰਦਾ, ਤਾਂ ਦੇਰ ਰਾਤ ਉਸਦੇ ਵੱਲੋਂ ਜਿਹੜੀ ਡਿਲੀਵਰੀ ਆ ਉਹ ਇੱਕ ਘਰ ਦੇ ਵਿੱਚ ਕੀਤੀ ਜਾਣੀ ਸੀ। ਜਦੋਂ ਉਹ ਡਿਲੀਵਰੀ ਕਰਨ ਦੇ ਲਈ ਪਹੁੰਚਦਾ ਤਾਂ ਇਸ ਸੜਕ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਪਹਿਲਾਂ ਹੀ ਉਸ ਨੂੰ ਘੇਰ ਲਿਆ ਜਾਂਦਾ ਹੈ, ਤਾਂ ਉਸਦੇ ਪਿਸਤੌਲ ਲਾ ਕੇ ਜਿਹੜਾ ਵਾ ਮੋਟਰਸਾਈਕਲ ਤਾਂ ਹੋਰ ਵੀ ਜਿਹੜਾ ਉਸਦਾ ਕੀਮਤੀ ਸਮਾਨ ਹੁੰਦਾ ਉਹ ਖੋ ਕੇ ਫਰਾਰ ਹੋ ਜਾਂਦੇ ਨੇ। ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਦੇਰ ਰਾਤ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਆਉਂਦੇ ਨੇ, ਤਾਂ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਲੁੱਟ ਖੋ
ਪਹਿਲਾਂ ਹੋਈ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਸ਼ਿਕਾਇਤ ਦਿੱਤੀ ਜਾਂਦੀ ਹੈ, ਤਾਂ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚਦੀਆਂ ਨੇ, ਤਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਫਿਲਹਾਲ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਪੁਲਿਸ ਇਸ ਮਾਮਲੇ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਕਰਦੀ ਹੈ। ਜਗਬਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।